ਪਟਿਆਲਾ ਦਾ ਸਰਕਾਰੀ ਮਾਤਾ ਕੌਸ਼ਲਿਆ ਹਸਪਤਾਲ ਇੱਕ ਵਾਰ ਫੇਰ ਤੋਂ ਵਿਵਾਦਾਂ ਦੇ ਵਿੱਚ ਘਿਰਦਾ ਨਜ਼ਰ ਆ ਰਿਹਾ। ਇਹ ਮਾਮਲਾ ਬੀਤੀ 22 ਤਾਰੀਖ ਦਾ ਜਦੋਂ ਇੱਕ ਬੱਚੇ ਦੀ ਸਹੀ ਟਾਈਮ ਤੇ ਜੱਚਾ ਦਾ ਆਪਰੇਸ਼ਨ ਨਾ ਹੋਣ ਦੇ ਕਾਰਨ ਮੌਤ ਹੋ ਗਈ ਤੇ ਬੱਚੇ ਦੇ ਪਿਤਾ ਗੁਰਸੇਵਕ ਸਿੰਘ ਨੇ ਦੋਸ਼ ਲਗਾਏ ਨੇ ਕਿ ਡਾਕਟਰਾਂ ਦੀ ਲਾਪਰਵਾਹੀ ਦੇ ਕਾਰਨ ਮਾਸੂਮ ਬੱਚੇ ਨੇ ਆਪਣੀ ਜਾਨ ਗੁਆਉਣੀ ਪਈ। ਪਰਿਵਾਰ ਵਾਲਿਆਂ ਵੱਲੋਂ ਹਸਪਤਾਲ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ। ਇਸ ਗਰਭਵਤੀ ਔਰਤ ਦਾ ਇਲਾਜ ਮਾਤਾ ਕੌਸ਼ਲਿਆ ਹਸਪਤਾਲ ਵਿੱਚ ਚੱਲ ਰਿਹਾ ਸੀ, ਪਰ ਬੀਤੀ 15 ਤਰੀਕ ਨੂੰ ਡਾਕਟਰਾਂ ਦੇ ਵੱਲੋਂ ਹਦਾਇਤ ਜਾਰੀ ਕੀਤੀ ਗਈ ਕਿ ਬੱਚੇ ਦੀ ਧੜਕਣ ਘੱਟ ਵੱਧ ਹੋ ਰਹੀ ਹੈ, ਇਸ ਕਾਰਨ ਇਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਵੇ ਤਾਂ ਜੋ ਜ਼ਰੂਰਤ ਪੈਣ ਤੇ ਡਾਕਟਰ ਉਸਦੀ ਮਦਦ ਕਰ ਸਕਣ। ਪਰ ਕੁਛ ਦਿਨਾਂ ਬਾਅਦ ਡਾਕਟਰਾਂ ਨੇ ਔਰਤ ਦੇ ਆਪਰੇਸ਼ਨ ਬਾਰੇ ਕਿਹਾ, ਪਰ ਆਪਰੇਸ਼ਨ ਨਾ ਕਰਕੇ ਅਲਟਰਾਸਾਊਂਡ ਲਈ ਭੇਜ ਦਿੱਤਾ। ਉਸ ਸਮੇਂ ਬੱਚਾ ਮ੍ਰਿਤਕ ਪਾਇਆ ਗਿਆ। ਮਾਤਾ ਕੌਸ਼ਲਿਆ ਹਸਪਤਾਲ 'ਚ 4 ਤਰੀਕ 3 ਮਹੀਨਾ 2019 ਤੋਂ ਸਾਡੇ ਬੱਚੇ ਦੇ ਇੱਥੇ ਟ੍ਰੀਟਮੈਂਟ ਚੱਲ ਰਿਹਾ, ਜਦੋਂ ਤੋਂ ਸਾਡੇ ਬੱਚਾ ਬਣਿਆ ਸੀ ਜੀ। ਅਸੀਂ ਹਰ ਮਹੀਨੇ ਦੀ 1-2 ਤਰੀਕ ਜਦੋਂ ਵੀ ਸਾਡਾ ਟਾਈਮ ਲੱਗ ਦਿੱਤੀ, ਅਸੀਂ ਹਰੇਕ ਮਹੀਨੇ 15-20 ਦਿਨਾਂ ਬਾਅਦ ਵੀ ਅਸੀਂ ਆਉਂਦੇ ਰਹੇ ਹਾਂ ਰੇਨੂ ਅਗਰਵਾਲ ਜੀ ਕੋਲ ਜੀ। ਰੇਨੂ ਅਗਰਵਾਲ ਜੀ ਦਾ ਟ੍ਰੀਟਮੈਂਟ ਚੱਲਦਾ ਸੀ, ਬਹੁਤ ਵਧੀਆ ਟ੍ਰੀਟਮੈਂਟ ਚੱਲਦਾ ਸੀ, ਬੱਚਾ ਸਾਡਾ ਬਿਲਕੁਲ ਸਹੀ ਸੀ ਜੀ 8 ਮਹੀਨੇ ਤੱਕ। ਅਤੇ ਜਦੋਂ ਅਸੀਂ ਹੁਣ 9ਵੇਂ ਮਹੀਨੇ ਦੀ ਨੂੰ ਲੱਗ ਗਏ, 5-4 ਦਿਨ ਉੱਪਰ ਲੰਘ ਗਏ ਜੀ, ਅਸੀਂ 15 ਤਰੀਕ ਨੂੰ ਬੱਚੇ ਨੂੰ ਫਿਰ ਅਸੀਂ ਦਿਖਾਉਣ ਵਾਸਤੇ ਆਏ ਸੀ ਸਿਰਫ, ਕਿਉਂਕਿ ਜਨਮ ਲੈਣ 'ਚ ਜੇ ਟਾਈਮ ਪਿਆ ਸੀ ਸਾਨੂੰ ਵੀ ਪਤਾ ਸੀ ਇਸ ਗੱਲ ਦਾ। ਡੇਟ ਜਿਹੜੀ ਅਲਟਰਾਸਾਊਂਡ 'ਤੇ ਲਿਖੀ ਤੀ ਉਹ ਅਗਲੀ ਡੇਟ ਸੀਗੀ ਜੀ, 12ਵੇਂ ਮਹੀਨੇ ਦੀ। ਅਸੀਂ ਦਿਖਾਉਣ ਵਾਸਤੇ ਆਏ, ਆਰਤੀ ਮੈਡਮ ਸੀਗੇ, ਰੇਨੂ ਮੈਡਮ ਨਹੀਂ ਸੀਗੇ ਜੀ ਇੱਥੇ, ਉਹਨਾਂ ਨੇ ਸਾਨੂੰ ਐਡਮਿਟ ਕੀਤਾ ਜੀ ਇੱਥੇ। ਉਹ ਕਹਿੰਦੇ ਵੀ ਬੱਚੇ ਨੂੰ ਪ੍ਰੋਬਲਮ ਆ, ਇਸ ਕਰਕੇ ਇਹਨਾਂ ਦਾ ਇੱਥੇ ਟ੍ਰੀਟਮੈਂਟ ਕੀਤਾ ਜਾਏਗਾ। ਅਸੀਂ ਇਹਨਾਂ ਨੇ ਸਾਨੂੰ ਲੇਬਰ ਰੂਮ 'ਚ ਭੇਜ ਤਾ, ਐਡਮਿਟ ਹੋ ਗਏ ਜੀ ਅਸੀਂ। ਅਸੀਂ ਕਿਹਾ ਵੀ ਅਸੀਂ ਘਰ ਜਾ ਸਕਦੇ, ਉਹ ਕਹਿੰਦੇ ਵੀ ਨਹੀਂ, ਘਰੇ ਤੁਹਾਡੇ ਰਿਸਕ ਆ ਜੀ, ਬੱਚੇ ਨੂੰ ਕੁਛ ਵੀ ਹੋ ਸਕਦਾ, ਵੀ ਜੇ ਸਾਡੇ ਕੋਲ ਰਹੇਗਾ, ਅਸੀਂ ਇਹਨਾਂ ਦਾ ਪੇਸ਼ੈਂਟ ਦਾ BP ਵੱਧਦਾ ਜੀ ਮਾੜਾ ਮੋਟਾ, ਕਹਿੰਦੇ ਜੀ ਵੀ ਜੇ ਸਾਡੇ ਕੋਲ ਰਹੇਗਾ ਅਸੀਂ ਆਪਰੇਸ਼ਨ ਕਰਕੇ ਤੁਹਾਡਾ ਬੱਚਾ ਚੱਕ ਲਾਂਗੇ, ਬੱਚਾ ਜਿੰਦਾ ਤੁਹਾਨੂੰ ਦੇ ਦਾਂਗੇ। ਪਰ ਅਸੀਂ ਇਹਨਾਂ ਕੋਲ ਵੀ 15 ਤਰੀਕ ਦੇ ਆਏ ਹੋਏ ਹਾਂ, 22 ਤਰੀਕ ਨੂੰ ਸਵੇਰੇ ਬੱਚੇ ਦੀ ਡੈਥ ਹੋ ਜਾਂਦੀ ਹੈ ਜੀ, ਅਤੇ ਇਹਨਾਂ ਨੇ 22 ਤਰੀਕ ਤੱਕ ਕਿਉਂ ਨਹੀਂ ਸਾਡਾ ਬੱਚਾ ਕੱਢ ਕੇ ਦਿੱਤਾ ਜੀ ਸਾਨੂੰ। ਸਰ ਇਹਨਾਂ ਨੇ ਸਾਨੂੰ ਧੜਕਣ ਰੁਕ ਗਈ ਜਦੋਂ ਉਦੋਂ ਅਲਟਰਾਸਾਊਂਡ ਲਿਖੀ ਆ ਤੁਰੰਤ ਜੀ, ਕਿਉਂਕਿ ਹੁਣ ਇਹਨਾਂ ਨੂੰ ਮੁਲਜ਼ਮਾਂ ਨੂੰ ਬਖਸ਼ਣਾ ਨਹੀਂ ਚਾਹੀਦਾ, ਇਹੋ ਜਿਹੇ ਮੁਲਜ਼ਮਾਂ ਦੀ ਕੋਈ ਲੋੜ ਨਹੀਂ ਕਿ ਹੋਸਪਿਟਲ ਦੇ ਵਿੱਚ ਇਹਨਾਂ ਨੂੰ ਸਸਪੈਂਡ ਕਰਕੇ ਘਰ। ਰੇਨੂ ਅਗਰਵਾਲ ਹਾਂਜੀ, ਆਰਤੀ ਜੀ ਵੀ ਮੰਨ ਰਹੇ ਨੇ, ਗੁਰਮਨ ਜੀ ਵੀ ਮੰਨ ਰਹੇ ਨੇ, ਜਿਹਨਾਂ ਦੇ ਲੇਬਰ ਰੂਮ 'ਚ ਗੁਰਮਨ ਜੀ ਦੀ ਵੀ ਡਿਊਟੀ ਆ, ਬਾਕੀ ਜਿੰਨਾ ਵੀ ਸਟਾਫ ਆ 15 ਤਰੀਕ ਤੋਂ ਲੈ ਕੇ 22 ਤਰੀਕ ਤੱਕ ਮੇਰੇ ਬੱਚੇ ਦੀ ਜਿਨ੍ਹਾਂ ਨੇ ਵੀ ਦੇਖ ਰੇਖ ਕੀਤੀ ਆ, ਉਹਨਾਂ ਨੂੰ ਸਾਰਿਆਂ ਨੂੰ ਮੁਲਜ਼ਮ ਦੋਸ਼ੀ ਮੰਨਿਆ ਜਾਂਦਾ, ਉਹਨਾਂ ਨੂੰ ਸਾਰਿਆਂ ਨੂੰ ਬਰਖਾਸਤ ਕਰਕੇ ਘਰੇ ਭੇਜਿਆ ਜਾਵੇ, ਇਹ ਡਾਕਟਰਾਂ ਦੀ ਕੋਈ ਲੋੜ ਨਹੀਂ ਗੀ ਇਹ ਹਸਪਿਟਲਾਂ 'ਚ। ਅਸੀਂ 22 ਨੂੰ ਕਰਵਾਇਆ, ਉਸ ਦੇ ਵਿੱਚ ਡੈਥ ਆ ਜਾਂਦੀ ਜੀ ਬੱਚੇ ਦੀ, 22 ਨੂੰ ਸਵੇਰੇ ਡੈਥ ਆ ਜਾਂਦੀ। ਮੰਗ ਪ੍ਰਸ਼ਾਸਨ ਨੂੰ ਇਹ ਅੱਗੇ ਕਰਦੇ ਵੀ ਇਹਨਾਂ ਨੂੰ ਸਾਰਿਆਂ ਨੂੰ ਬਰਖਾਸਤ ਕੀਤਾ ਜਾਵੇ ਜੀ, ਅਤੇ ਜਿਹੜਾ ਪਰਿਵਾਰ ਦੀ ਹੈ ਜਿਹੜੀ ਕੋਈ ਮਦਦ ਕਰਨੀ ਚਾਹੀਦੀ ਜੀ ਇਹਨਾਂ ਨੂੰ ਸਾਰੀ, ਜਿਹੜੇ ਵੀ ਸਾਡਾ ਖਰਚਾ ਹੋਇਆ, ਬੱਚਾ ਕਿਹੜਾ ਅਸੀਂ ਫ੍ਰੀ ਪਾਲਿਆ, ਦਿਹਾੜੀਆਂ ਕਰ ਕਰ ਬੱਚਾ ਪਾਲਿਆ ਜੀ, ਜੋ ਵੀ ਬਣਦੀ ਕਾਰਵਾਈ ਇਹਨਾਂ ਦੇ ਕਰਨੀ ਚਾਹੀਦੀ ਹੈ ਜ਼ਰੂਰੀ। ਇਸ ਸਬੰਧੀ ਥਾਣਾ ਮੁਖੀ ਨੇ ਕਿਹਾ ਕਿ ਉਹਨਾਂ ਨੇ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਤੇ ਦੋਸ਼ੀਆਂ ਦੇ ਖਿਲਾਫ ਜਲਦ ਕਾਰਵਾਈ ਕੀਤੀ ਜਾਵੇਗੀ। ਇਹ ਸਾਨੂੰ ਕੰਪਲੇਂਟ ਨੋਟ ਕਰਾਈ ਹੈ ਗੁਰਸੇਵਕ ਸਿੰਘ ਹੈ ਅਤੇ ਉਹਦੀ ਵਾਈਫ ਸੀ ਮੀਨਾ ਰਾਣੀ, ਐਡਮਿਟ ਸੀਗੀ 15-11 ਦਿਨ ਨੂੰ ਐਡਮਿਟ ਹੋਈ ਸੀਗੀ ਜੀ, ਅਤੇ ਡਿਲੀਵਰੀ ਹੋਣੀ ਸੀ ਉਹਦੀ, ਬਟ ਡਿਲੀਵਰੀ ਥੋੜ੍ਹੀ ਲੇਟ ਹੋਈ ਹੈ, ਉਹ ਕਹਿੰਦੇ ਡਾਕਟਰਾਂ ਦੀ ਅਣਗਹਿਲੀ ਕਰਕੇ ਉਹਨਾਂ ਦੇ ਬੱਚੇ ਦੀ ਡੈਥ ਹੋ ਚੁੱਕੀ ਹੈ, ਅਤੇ ਉਹਨਾਂ ਦੀ ਕੋਈ ਗੱਲ ਨਹੀਂ ਕੰਪਲੇਂਟ ਨੋਟ ਕਰ ਲਈ ਅਸੀਂ, ਅਤੇ ਹੁਣ ਜੋ ਕਿ ਕੰਪਲੇਂਟ ਦੀ ਇਨਕੁਆਇਰੀ ਕਰਦੇ ਹਾਂ, ਜਿਵੇਂ ਵੀ ਕਾਰਵਾਈ ਉਹਨੂੰ ਕੀਤੀ ਜਾਊਗੀ। ਹਸਪਤਾਲਾਂ ਦੀ ਲਾਪਰਵਾਹੀ ਕਾਰਨ ਹੁਣ ਤੱਕ ਪਤਾ ਨਹੀਂ ਕਿੰਨੇ ਹੀ ਬੱਚਿਆਂ ਤੇ ਗਰਭਵਤੀ ਔਰਤਾਂ ਨੂੰ ਜਾਨ ਗੁਆਉਣੀ ਪਈ ਹੈ ਤੇ ਪ੍ਰਸ਼ਾਸਨ ਇਸ ਤਰ੍ਹਾਂ ਦੀ ਲਾਪਰਵਾਹੀਆਂ ਨੂੰ ਰੋਕਣ ਵਿੱਚ ਫੇਲ ਸਾਬਿਤ ਹੋ ਰਿਹਾ। ਪਰਿਵਾਰਕ ਮੈਂਬਰਾਂ ਵੱਲੋਂ ਲਾਪਰਵਾਹ ਡਾਕਟਰਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਪਟਿਆਲਾ ਤੋਂ ਅਨੁਰਾਗ ਸ਼ਰਮਾ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ।
ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਔਰ ਮਨ ਮਰਜ਼ੀ ਦਾ ਕਾਲਜ ਚੁਣਨਾ ਚਾਹੁੰਦੇ ਹੋ, ਮਈ ਔਰ ਸਪਤੰਬਰ 2020 ਦੇ ਸੈਸ਼ਨ ਲਈ ਟਾਈਮ ਸਿਰ ਦਾਖਲਾ ਅਪਲਾਈ ਕਰਨ ਦਾ, ਜਿਹੜੇ ਬੱਚੇ ਲਾਇਕ ਹੈ, ਨੰਬਰ ਚੰਗੇ ਹੈ, ਉਹਨਾਂ ਨੂੰ $5,000 ਤੱਕ ਦੀ ਸਕਾਲਰਸ਼ਿਪ ਵੀ ਮਿਲ ਸਕਦੀ ਹੈ। ਪਿਰਾਮਿਡ ਈ ਸਰਵਿਸਿਜ਼ ਨਾਲ ਅਪਲਾਈ ਕਰੋ, ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰੋ।